ਹੇ ਗਾਇਜ਼ ਵੈਲਕਮ ਟੂ ਅਵਰ ਨਿਊ ਵਲੌਗ। ਪਹਿਲਾਂ ਤੁਹਾਡੇ ਸਾਰਿਆਂ ਤੋਂ ਅਸੀਂ ਸੌਰੀ ਮੰਗਣਾ ਚਾਹੁੰਦੇ ਹਾਂ ਦੋਨੋਂ ਜਣੇ, ਕਿਉਂਕਿ 30 ਦਿਨ ਲਗਾਤਾਰ ਵਲੌਗ ਆਉਣੇ ਸੀਗੇ ਅਤੇ 4 ਵਲੌਗ ਆਏ ਆ, ਮਤਲਬ 5ਵਾਂ ਅਤੇ 6ਵਾਂ ਵਲੌਗ ਨਹੀਂ ਆਇਆ। ਕਿਉਂ ਵਲੌਗ ਨਹੀਂ ਆਇਆ? ਕਿਉਂਕਿ ਸਿੰਮੂ ਥੋੜ੍ਹੀ ਜਿਹੀ ਬਿਮਾਰ ਹੋ ਗਈ ਸੀਗੀ, ਫੀਵਰ ਹੋ ਗਿਆ ਸੀ ਇਹਨੂੰ, ਅਤੇ 2 ਦਿਨ ਹੋ ਗਏ ਆ, ਹੁਣ ਠੀਕ ਹੋ ਗਈ ਆ। ਅਤੇ ਅਸੀਂ ਉਹਦਾ ਇੱਥੋਂ ਹੀ ਵਲੌਗ ਆਪਾਂ ਕੰਟੀਨਿਊ ਕਰ ਦੇਣਾ, ਠੀਕ ਆ। ਡੇ 5 ਵਲੌਗ ਇੱਥੋਂ ਹੀ ਚਾਲੂ ਆ, ਅਤੇ ਇਹ ਵਲੌਗ ਅਪਲੋਡ ਕਰ ਦੇਣਾ ਸੀ ਕੱਲ੍ਹ, ਅਤੇ ਹੁਣ ਸ਼ੂਟ ਕਰਦੇ ਪਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਲੱਗ ਜਾਣਾ ਸਵੇਰੇ। ਅਤੇ ਹੁਣ ਗਾਈਜ਼ ਅਸੀਂ ਵਲੌਗ ਸ਼ੁਰੂ ਕਰਨ ਲੱਗੇ ਹਾਂ। ਜਿਵੇਂ ਕਿ ਤੁਹਾਡੇ ਸਾਰਿਆਂ ਦੇ ਬਹੁਤ ਮੈਸੇਜ ਆਏ ਹੋਏ ਸੀ ਕਮੈਂਟ ਵਿੱਚ ਕਿ ਤੁਸੀਂ ਮੇਕਅਪ ਵਲੌਗ ਸ਼ੂਟ ਕਰੋ ਜਿੱਦਾਂ ਭਾਜੀ ਹੋਣੀ ਮੇਕਅਪ ਕਰਨਗੇ, ਅਤੇ ਹਾਂਜੀ ਮੈਂ ਮੇਕਅਪ ਕਰਨ ਲੱਗਾ ਵਾਂ ਸਿੰਮੂ ਦੇ। ਬਾਕੀ ਗਾਈਜ਼ ਜਿੰਨਾ ਵੀ ਮੈਨੂੰ ਆਉਂਦਾ ਬਿਲਕੁਲ ਨਿਗਾ, ਠੀਕ ਆ। ਅਤੇ ਇਹ ਤੋਂ ਸਮਾਨ ਵੀ ਵੈਸੇ ਬਾਕੀਆਂ ਵਾਂਗੂ ਜ਼ਿਆਦਾ ਮੇਕਅਪ ਨਹੀਂ ਕਰਦੀ ਹੁੰਦੀ, ਥੋੜ੍ਹਾ ਬਹੁਤ ਹੀ ਕਰਦੀ ਹੁੰਦੀ ਆ। ਸਮਾਨ ਵੀ ਥੋੜ੍ਹਾ ਹੀ ਆ, 3-4 ਚੀਜ਼ਾਂ ਵਾਂ ਜੋ ਵੀ ਲਗਾਉਂਦੀ ਹੁੰਦੀ ਆ, ਮੈਂ ਲਗਾ ਕੇ ਦੇਖੂੰਗਾ ਜੇ ਤਾਂ ਪਰਫੈਕਟ ਲੱਗਿਆ। ਅਤੇ ਬਾਕੀ ਗਾਈਜ਼ ਤੁਸੀਂ ਦੇਖੀ, ਅਤੇ ਆਹ ਦੇਖ ਲਓ ਅਸੀਂ ਨਿਊ ਟਰਾਈਪੋਡ ਲਿਆ ਕੇ ਆਉਂਦਾ ਸੀਗਾ, ਅਤੇ ਇਹ ਐਮਾਜ਼ੋਨ ਤੋਂ ਮੰਗਵਾਇਆ ਸੀ ਵੈਸੇ ਤਾਂ ਮੈਂ। ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਥੱਲੇ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦੇ ਦਿੰਦਾ, ਅਤੇ ਤੁਸੀਂ ਬਾਏ ਕਰ ਸਕਦੇ ਹਾਂ। ਇਹ ਸਿਰਫ 300 ਰੁਪਏ ਦਾ ਵਾ, ਉੱਥੋਂ ਮੰਗਵਾਇਆ ਐਮਾਜ਼ੋਨ ਤੋਂ, ਬਹੁਤ ਵਧੀਆ ਵਾ। ਅਸੀਂ ਹੁਣ ਵਲੌਗਿੰਗ ਵਾਸਤੇ ਇਹਨੂੰ ਯੂਜ਼ ਕਰਿਆ ਕਰਨਾ ਵਾ, ਬਹੁਤ ਵਧੀਆ ਵਾ ਵਲੌਗਿੰਗ। ਅਸੀਂ ਅੱਜ ਦਾ ਵਲੌਗ ਇਹਦੇ ਨਾਲ ਹੀ ਸ਼ੂਟ ਕਰਨਾ ਵਾ, ਠੀਕ ਆ। ਥੋੜ੍ਹੀਆਂ ਚੀਜ਼ਾਂ ਵਾ ਜੋ ਵੀ ਸਿੰਮੂ ਲਗਾਉਂਦੀ ਹੁੰਦੀ ਆ, ਮੈਨੂੰ ਪਤਾ ਨਹੀਂਗਾ ਕੀ ਹੁੰਦੀਆਂ, ਲਿਪਸਟਿਕ ਵਗੈਰਾ ਹੀ ਆ ਕੁਛ। ਉੱਦਾਂ ਮੈਨੂੰ ਆਪਣੇ 'ਤੇ ਪੂਰਾ ਯਕੀਨ ਬਿਲਕੁਲ ਨਹੀਂ ਆ, ਕਿਉਂਕਿ ਮੈਂ ਕਦੀ ਵੀ ਇਹਨੂੰ ਦੇਖਿਆ ਨਹੀਂ ਮੇਕਅਪ ਕਿੱਦਾਂ ਕਰਦੀ ਹੁੰਦੀ ਆ। ਇਸ ਗੱਲ ਦਾ ਇਹਨੇ ਫਾਇਦਾ ਉਠਾਉਣਾ ਅੱਜ, ਹੈ ਨਾ। ਬੇਇੱਜ਼ਤੀ ਕਰੂੰਗੀ, ਕਹਿੰਦੀ ਜੇ ਨਾ ਤੁਸੀਂ ਚੱਜ ਨਾ ਕੀਤਾ ਵਾ, ਦੇਖ ਲਿਓ ਦੇਖ ਲਿਓ। ਗਾਇਸ ਤੇ ਮੈਂ ਨਾਈਟ ਸ਼ੂਟ ਹੀ ਪਾਇਆ, ਕਿਉਂਕਿ ਰਾਤ ਆ ਆਪਾਂ ਹੁਣ ਸ਼ੂਟ ਕਰਨ ਲੱਗੇ ਹਾਂ, ਅਤੇ ਮੇਰਾ ਗਾਇਸ ਹੁਣੇ ਜਸਟ ਇੱਕ ਮੇਰਾ ਬਲੱਸ਼ਰ ਟੁੱਟ ਗਿਆ, ਮਤਲਬ ਆਈ ਸ਼ੈਡੋ ਕੀਤੇ ਸੀਗੇ ਹੁਣੇ ਜਸਟ ਟੁੱਟੀ ਆ ਉਹ, ਪਰ ਕੋਈ ਨਹੀਂ ਇਹਦੇ ਵਿੱਚ ਵੀ ਮੈਂ 3-4 ਲੱਗੇ ਹਾਂ, ਉਹਦਾ ਕੋਈ ਟੈਨਸ਼ਨ ਤਾਂ ਨਹੀਂ। ਮੈਂ ਵੈਸੇ ਇੰਨਾ ਕੁ ਸਮਾਨ ਯੂਜ਼ ਕਰਦੀ ਹਾਂ। ਇੰਨਾ ਥੋੜ੍ਹਾ ਵਾ? ਨਹੀਂ ਹਜੇ ਥੋੜ੍ਹੇ ਹੋਰ ਪਿਆ ਗਾਇਸ, ਮੈਂ ਜ਼ਿਆਦਾ ਨਾ ਉਹ ਬਲੱਸ਼ਰ ਵਗੈਰਾ ਜਿੱਦਾਂ ਕੰਸੀਲਰ ਕਰਦੀ ਹਾਂ ਥੋੜ੍ਹਾ ਬਹੁਤ ਯੂਜ਼, ਉਹ ਵੀ ਮੇਰਾ ਬਹੁਤ ਟਾਈਮ ਦਾ ਵਾ, ਪਹਿਲਾਂ ਦਾ ਹੀ ਵਿਆਹ ਦਾ ਸਾਲ ਹੋ ਗਿਆ, ਮੈਂ ਜ਼ਿਆਦਾ ਮੇਕਅਪ ਨਹੀਂ ਲੈਂਦੀ, ਮੈਂ ਜਸਟ ਬਸ ਜਸਟ ਲਿਪਸਟਿਕ ਲੈ। ਨਾਲੇ ਗਾਈ ਜਾ ਸਿੰਮੂ ਦੱਸੂਗੀ ਕਿਹੜੇ ਕਿਹੜੇ ਜਿੱਦਾਂ ਪ੍ਰੋਡਕਟ ਯੂਜ਼ ਕਰਦੀ ਹੁੰਦੀ ਹੈ ਨਾ। ਨਹੀਂ ਦੱਸੂਗੀ? ਨਹੀਂ ਮਤਲਬ ਕੀ ਕਿੱਦਾਂ ਲਗਾਉਂਦੀ ਹੁੰਦੀ ਹੈ, ਇੰਨਾ ਦੱਸੂਗੀ ਤੁਸੀਂ ਆਪੇ ਲਾਉਣਾ। ਹਾਂ ਮੈਂ ਮਾੜਾ ਮਾੜਾ ਗਾਈ ਜਾ ਦੇਖ ਸਕਦੇ ਤੁਸੀਂ, ਮੈਂ ਤਾਂ ਹੁਣੇ ਟੁੱਟ ਗਿਆ ਜਸਟ। ਇਹ ਆ ਸਾਡੀ ਰਿੰਗ ਲਾਈਟ ਆ, ਸਾਡਾ ਸੈਟਅਪ ਛੋਟਾ ਜਿਹਾ। ਗਾਈ ਜੇ ਏਸੀ ਵੀ ਆਨ ਕੀਤਾ ਹੋਇਆ, ਕਿਉਂਕਿ ਗਰਮੀ ਦੇ ਵਿੱਚ ਵੀਡੀਓਜ਼ ਨਹੀਂ ਬਣਦੀਆਂ। ਗਾਈ ਜੇ ਦੇਖੋ ਮੈਂ ਸਮਾਰਟ ਕਾਲ, ਉਹ ਬਲੱਸ਼ਰ ਟੁੱਟਾ ਵਾ ਐਮਨਾ ਕਿਉਂ, ਕਿਉਂਕਿ ਆ ਦੇਖੋ ਮੈਂ ਤੇ ਵੀ ਆ ਯਾਰ, ਇੱਕ ਹੋਰ ਆ ਬੰਦ ਰੱਖਿਆ ਹੋਇਆ ਦੇਖੋ ਮੈਂ ਪਾਗਲ। ਤੇ ਇਹ ਇੰਨਾ ਇੰਨਾ ਸਮਾਨ ਆ, ਵੈਸੇ ਇਹਨਾਂ ਨੂੰ ਜਦੀ ਲੋੜ ਨਹੀਂ ਪਊਗੀ, ਦੇਦੇ ਕੀ ਕਰਦੇ ਆ। ਤੇ ਗਾਈਜ਼ ਮੈਂ ਮੇਕਅਪ ਕੋਈ ਨਹੀਂ ਕੀਤਾ ਗਾ, ਇਸ ਵਾਰ ਹੁਣੇ ਕਰਕੇ ਆਈ ਹਾਂ, ਕਿਉਂਕਿ ਮੈਂ ਮੇਕਅਪ ਵੈਸੇ ਵੀ ਘਰ ਨਹੀਂ ਕਰਦੀ, ਜਸਟ ਇੱਕ ਲਿਪਸਟਿਕ ਲਾਉਣੀ ਹੋਵੇ। ਰੈਡੀ ਛੋਟੂ? ਹਾਂਜੀ ਮੈਂ ਬਹੁਤ ਐਕਸਾਈਟਡ ਹਾਂ, ਤੁਸੀਂ ਕਿੱਦਾਂ ਮੇਕਅਪ ਕਰੋਗੇ? ਜੇ ਮੈਂ ਭੂਤ ਨਹੀਂ ਬਣਾਤਾ ਤੈਨੂੰ ਫਿਰ। ਤੇ ਗਾਈਜ਼ ਆਪਾਂ ਕਰਦੇ ਹਾਂ ਸਟਾਰਟ ਸਿੰਮੂ ਦਾ ਮੇਕਅਪ। ਤੇ ਗਾਈਜ਼ ਜਦੋਂ ਤੱਕ ਮੈਂ ਮੇਕਅਪ ਸਾਰਾ ਕੰਪਲੀਟ ਨਹੀਂ ਨਾ ਕੀਤਾ, ਉਦੋਂ ਤੱਕ ਇਹਨੂੰ ਮੈਂ ਫੇਸ ਨਹੀਂ ਦੇਖਣ ਦੇਣਾ, ਠੀਕ ਆ, ਮਿਰਰ ਵਿੱਚ ਫੇਸ ਨਹੀਂ ਦੇਖਣਾ। ਚਲੋ ਗਾਈਜ਼ ਕਰਦੇ ਹਾਂ ਸਟਾਰਟ। ਤੇ ਪਹਿਲੀ ਚੀਜ਼ ਕੀ ਲਗਾਉਣੀ ਆ? ਇਹ ਬੁਆਏ ਜੋ ਮੇਰੇ ਹੱਥ 'ਚ ਆਇਆ ਆਪਾਂ ਲਗਾਈਏ ਨਾ, ਇਹ ਫੇਸ ਤੇ ਇੱਧਰ ਲਾਉਣਾ, ਐਵੇਂ ਨਹੀਂ ਤਾਂ ਹੱਥ ਤੇ ਲਗਾ ਕੇ ਫੇਰ ਐਂ ਕਰ ਦੋ। ਬਾਕੀ ਮੈਂ ਕੁਝ ਨਹੀਂ ਦੱਸਣਾ ਯਾਰ, ਮੇਰਾ ਸਿਰ ਨਹੀਂ ਖਾਣਾ ਜਿਸ ਮੈਂ ਬਹਿਣਾ ਗਾਈਜ਼। ਅੱਛਾ ਮੈਂ ਆਪਣੇ ਹੱਥ ਦਾ ਪਾ ਕੇ ਲਾ ਦੂੰਗੀ। ਹਾਂ ਮੈਂ ਤਾਂ ਗਾਈਜ਼ ਇਹ ਤਾਂ ਪੁੱਛੀ ਨਹੀਂ ਲੱਗਦੀ। ਫਾਊਂਡੇਸ਼ਨ ਹੀ ਹੈ ਵੀ ਪਰੇਸ਼ਾਨ ਹੋ ਗਏ ਹਮ ਲੋਕ 2.5 ਸਾਲ ਸੇ, ਯੇ ਵੀ ਪਰੇਸ਼ਾਨ ਹੋ ਗਏ, ਹਮ ਵੀ ਪਰੇਸ਼ਾਨ ਹੋ ਗਏ, ਕਰੋ ਫੇਰ ਇੱਦਾਂ ਕਰੀ ਇੱਦਾਂ ਕਰਦੀ ਹੁੰਦੀ ਪੈਸੇ ਲੱਗੇ ਹੁੰਦੇ ਆ ਮੈਨੂੰ, ਦੇ ਦਿੰਦੇ ਆ ਥੋੜਾ ਨਹੀਂ ਕਰਦੀ ਵੈਸੇ। ਉਹ ਹੁੰਦਾ ਇੱਕ ਹੁੰਦਾ ਜੀ ਗਾਈਜ਼, ਇਹਦਾ ਨਾ ਪਤਾ ਕੀ ਆ, ਇਹ ਮੈਂ ਲਿਪਸਟਿਕ ਲਾ ਲਾ ਇਹਨੂੰ ਖਰਾਬ ਕੀਤਾ, ਵੈਸੇ ਮੇਰੇ ਤੋਂ ਹੋਰ ਵੀ 2 ਪਏ ਆ ਨਵੇਂ, ਤੇ ਮੈਂ ਫਿਰ ਵੀ ਇਹ ਵਧੀਆ ਇਹਨੂੰ ਮੇਕਅਪ ਕਰਾਂ। ਮੈਂ ਕਿਹਾ ਕਰੂੰ ਫਿਰ, ਜੌਬ ਛੋੜ ਦੂੰ ਮੇਕਅਪ ਕਰਨਾ ਕਿਸੇ ਤਰ੍ਹਾਂ ਤਾਂ ਕਰੂੰ ਨਹੀਂ ਗਾਈ, ਸਹੀ ਕਰਦਾ ਮੈਨੂੰ ਲੱਗਦਾ ਮੈਂ।
तो मुंह काला काला से गया, चिटचिट हो गया। गुस्सा है मेरा मुद्दा साफ। हां मुझे यकीन नहीं था। गाइस एक बार देखो कितना साफ लग रहा ना। ओ माय गॉड वाओ। मैं बिल्कुल नहीं पता किद्दा दा लग रहा। कोई नहीं मैं लगाना ना। इतना कैसे रख नहीं सकते। अरे पता उन्हें भी फाउंडेशन ही है। एमएस दो फाउंडेशन लगाने नहीं मिले। मैं तो मिक्स करके लगा रही हूं। नहीं बस चिटचिट करा मेरा ज्यादा मुख आते यार। ये ना मतलब कभी कभी मैं लगता हूं ना इतना। मैं ज़्यादा तो नहीं समझ रहे हो आप। सारा ने क्या मेकअप करने के तो मैं ही करूंगा। गाइस रिकमेंड बहुत ज्यादा आए थे 2 महीने पहले ही बहुत आए थे। आज मैं इंस्टा पे स्टोरी पाई थी तो ता भी बहुत कमेंट आए भाजी करने मेकअप। इदा पता नहीं लगा कि नहीं। हां लग गया डार्क सर्कल ਇਹ ਮੈਂ ਹੀ ਕਰ ਸਕਦਾ ਜਰਾ ਮੇਕਅਪ ਨਹੀਂ ਕਰ ਸਕਦਾ। ਇਹ ਨਹੀਂ ਰਹਾ ਯਾਰ ਕੁਛ ਕਰੂਗਾ ਹੁੰਦਾ ਅੱਗੇ ਜਾ ਕੇ। मैं करन देना मैं सारे खाने ऑडियंस कि मैं भी मेकअप कर टुटा पर जाओ ना गाइस देखो कितना बढ़िया मेकअप करता पया मैं। सही लानी प्लीज पास से नहीं लग रही इनी लग गई यू। बोली ना तो दीना मेरे को लगनी नहीं।
यार देख हूं मेरा दिमाग इधर बने मेकअप करना ठीक है ना लिपस्टिक का तो भाई और रुक जा नहीं लूंगा तू इधर तो देख मिल जाएगा गाइस फाइनली मैं कैमरा चकना मैं ठीक है तो इनू शीशे में दिखाने की कला करनी उधर नहीं देखना गाइस फाइनली देखो मेकअप कितना सोना किया मैं ते हूं अपने छोटू नु मैं दिखाऊंगा मैं आजो देखो शीशा हम आप फेस दिखाने वन टू थ्री गाइस देखो कितना सोना किया एवी मैनू बोली जांदी सी गाइस मैं यकीन नहीं होंदा पे छड्डो ओ यार सच्ची यार इन्हां ने आईब्रोज भी सोने बनाए मैनूं तां लगदा जलूस कड्ढणगे मेरा मैं कि मैं कब नहीं करदा रिया यार तुसीं सच्ची कहिंदे तुसीं आ ब्लेंडिंग वगैरह बहुत वधिया कीती आ आई कांट बिलीव इट ओ सिंदूर पर थोड़ा जिहा लंबा पा लिया पर कोई गल नहीं आ लिपस्टिक थोड़ी इत्थे थल्ले रह गई मैं दसना नहीं सीगा ओ बस सुणी लगदी यकीन नहीं होता तो मैं सोहनी लग रही इन्होंने मेकअप जेड़ा किया देख सकते मैं सोहनी लगती मैं यकीन नहीं होता मेरे घर वाले इतना सोहना मेकअप किया थैंक यू ते गाइस कमेंट में जरूर दस्यो मेरी सिमू किदा लगती है छोटू मेरा वैसे मेकअप सोना किया है ना वैसे मैं मेकअप नहीं मैं सोना किया मेरा छोटू है ही सोना समान देख सकते खिल रहा पे चकांगे आप गाइस हूँ दस बज चुके हल्ले रोटी खानी है पहला है ना ब्लॉग बना के फिर रोटी खावे है ना हूँ भुख भी बहुत लगी हुई है ते गाइस देखो नचदी पई है मेकअप करा के सोना कितना वैसे थोड़ी जी लिपस्टिक दी कमी है गाइस फाइनली मेकअप किद्दा लगा सानू कमेंट में जरूर दस्यो ते जिन्ना हो सके मैं उन्ना ही वधिया कीता सीगा सिमू भी पसंद आया ते गाइस बाकी जिद्दां भी आ तुहाडे सामने ही आ जो भी सीगा सारा समान तुहानू दिखा दित्ता यही मेकअप कर दियो थोड़ा बहुत ते गाइस बाकी व्लॉग दा इत्थे ही एंड करदे आ ठीक आ ते जे तुहानू इह व्लॉग पसंद आया होवे ते व्लॉग नू लाइक जरूर करियो ठीक आ सानू सपोर्ट करिया करो ते होर कुछ कहना सिमू जी ते आ देख लो बाकी ये सारा समान ने समेट देना वा ते हुण खाने आपां रोटी ते गाइस बाकी इत्थे ही ब्लॉग दा एंड करदे आं ते ब्लॉग नूं लाइक कर दिओ ते चैनल नूं सबसक्राइब कर दिओ ते शेयर कर दिओ जे तुहानूं पसंद आंदा वा ते चैनल नूं सबसक्राइब जरूर करिया करो जिहड़ा भी साडे ब्लॉग विच नवां आंदा सबसक्राइब कर लैणा ते गाइस इधर करो ਤਨ ਮੇਕਅਪ ਆਰਟਿਸਟ ਤੇ ਚਾਹੀਦੇ ਬਹੁਤ ਵਧੀਆ ਮੇਕਅਪ ਕੀਤਾ ਮੈਨੂੰ ਪਸੰਦ ਆ ਮੈਨੂੰ ਪਤਾ ਕੀ ਲੱਗਦਾ ਜਿਹੜਾ ਬਾਕੀ ਘਰ ਵਾਲੇ ਨਾ ਆਪਣੀਆਂ ਘਰ ਵਾਲੀਆਂ ਨੇ ਤਾਂ ਮੇਕਅਪ ਜਿਹਾ ਖਰਾਬ ਕਰ ਦਿੰਦੇ ਪਰ ਇਹਨਾਂ ਨੇ ਬਿਲਕੁਲ ਵੀ ਨਹੀਂ ਕੀਤਾ ਇਹਨਾਂ ਨੂੰ ਆਂਦਾ ਹੈਗਾ ਮੈਂ ਤੁਹਾਡੇ ਸਾਹਮਣੇ ਸੀ ਇਹਨਾਂ ਨੂੰ ਕੁਝ ਵੀ ਹਾਂ ਇਹਨਾਂ ਨੇ ਇੰਨਾ ਪਤਾ ਬਲੈਂਡਿੰਗ ਵਗੈਰਾ ਐਂ ਕਰੀ ਦੀ ਆ ਬਾਕੀ ਮੈਂ ਮਾੜਾ ਮੋਟਾ ਦੱਸਿਆ ਤੁਸੀਂ ਆਹ ਚੀਜ਼ ਇੱਦਾਂ ਲਾਣੀ ਐ ਲਾਣੀ ਪਰ ਇਹਨਾਂ ਨੂੰ ਫਿਰ ਵੀ ਨਹੀਂ ਪਤਾ ਲੱਗਾ ਇਹਨਾਂ ਨੇ ਆਈ ਸ਼ੈਡੋ ਇੱਥੇ ਲਾਤਾ ਤੇ ਚਲੋ ਗਾਇਸ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਬਾਏ 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 ਗਾਇਸ